ਸਰਕਾਰੀ ਵੀ ਰਾਇਆ ਉਹਨਾਂ ਦੀ ਜਾਨਾਂ ਦੇ ਅੱਗੇ ਬੇਨਤੀਆਂ ਵੀ ਕਰੀ ਸਨਮਾਨ ਦੇ ਲਈ ਤੁਹਾਨੂੰ ਬੁਲਾਉਂਦੀਆਂ ਵਾ ਤਾਂ ਜ਼ਰੂਰ ਇੱਕ ਸਿੱਟੇ ਦੇ ਆ ਜਾ ਕਰੋ ਸਟੇਜ ਤੇ ਪੁਰਾਣੇ ਟਾਈਮ ਦੇ ਵਿੱਚ ਜਦੋਂ ਸਕੂਲ ਦੇ ਵਿੱਚ ਤੁਸੀਂ ਪੜ੍ਹਦੇ ਸੀ ਨਾ ਜੇ ਕਿਸੇ ਬੱਚੇ ਨੂੰ ਮੈਡਮ ਮਿਲਦਾ ਸੀ ਤਾਂ ਮੈਡਮ ਮਿਲਦਾ ਸੀ ਪਰ ਉਹ ਘਰੇ 10 ਬੰਦਿਆਂ ਨੂੰ 10 ਘਰਾਂ 'ਚ ਦਿਖਾਉਂਦਾ ਸੀ ਵੀ ਅੱਜ ਮੈਨੂੰ ਮੈਡਲ ਮਿਲਿਆ ਸਕੂਲ ਤੋਂ ਵੀ ਮੈਂ ਆਹ ਗੇਮ 'ਚ ਫਸਟ ਆਇਆ ਜਾਂ ਮੈਂ ਆਹ ਜਿੱਤ ਕੀਤਾ ਉਸ ਬੱਚੇ ਨੂੰ ਜਦੋਂ ਸਨਮਾਨ ਮਿਲਦਾ ਸੀ ਉਹ 10 ਘਰਾਂ 'ਚ ਤਾਂ ਕਿ ਜਾ ਕੇ ਦਿਖਾਉਂਦਾ ਸੀ ਪਰ ਅੱਜ ਦੀ ਗੱਲ ਇਹ ਹੈ ਵੀ ਜਿੰਨੇ ਖਿਡਾਰੀ ਸੁਪਰ ਸਟਾਰ ਵੀ ਬਣੇ ਹੋਏ ਜੇ ਕਿਸੇ ਕਮੇਟੀ ਨੇ ਉਹਨਾਂ ਦਾ ਸਨਮਾਨ ਕਰਨਾ ਉਹਨਾਂ ਦਾ ਕਿਸੇ ਚੀਜ਼ ਦੇ ਨਾਲ ਤਾਂ 10 ਵਾਰੀ ਉਹ ਬੰਦੇ ਨੂੰ ਹਾਕ ਮਾਰਨੀ ਪੈਂਦੀ ਹੈ ਉਹ ਪਲੇਅਰ ਨੂੰ ਵੀ ਬਈ ਸਨਮਾਨ ਚਨ ਲੈ ਜਾਓ ਸਨਮਾਨ ਚਨ ਲੈ ਜਾਓ ਤੇ ਚਾਹੇ ਉਹ ਟਰਾਫੀ ਹੋਵੇ ਪਰ ਸਨਮਾਨ ਚਨ ਬਹੁਤ ਵੱਡੀ ਚੀਜ਼ ਹੁੰਦੀ ਹੈ ਜਿਹਨੂੰ ਸਨਮਾਨ ਦੀ ਕੀਮਤ ਪਤਾ ਨਾ ਉਹਨੂੰ ਹੀ ਪਤਾ ਹੈ ਵੀ ਜੇ ਕਿਸੇ ਪਲੇਅਰ ਨੂੰ ਬਾਜ ਮਾਰ ਲਓ ਨਾ 10-10 ਵਾਰੀ ਹਾਕਾ ਮਾਰਨੀ ਪੈਂਦੀ ਹੈ ਵੀ ਫਲਾਣਾ ਪਲੇਅਰ ਸਨਮਾਨ ਚਨ ਲੈ ਜਾਵੇ ਸਟੇਜ ਤੋਂ ਆ ਕੇ ਸਨਮਾਨ ਚਨ ਲੈ ਜਾਵੇ ਇੱਕ ਸੱਟੇ ਦੇ ਬਾਈ ਕੋਈ ਨਹੀਂ ਆਉਂਦਾ ਮੈਂ ਕੱਲ ਤੋਂ ਇਹ ਗੱਲ ਨੋਟ ਕਰੀ ਜਾਵਾਂ ਮੈਂ ਕਿਹਾ ਜ਼ਰੂਰ ਇਹ ਗੱਲ ਆਪਾਂ ਸਾਰਿਆਂ ਨੂੰ ਦੱਸਾਂਗੇ ਤੇ ਭਰਾ ਬਣ ਕੇ ਸਾਰੇ ਆਪਣੀ ਅਕਾਤ ਯਾਦ ਰੱਖਿਆ ਕਰੋ ਵੀ ਪੁਰਾਣੇ ਸਮਿਆਂ 'ਚ ਕੀ ਸੀ ਤੇ ਹੁਣ ਕੀ ਆ ਤੇ ਰੱਬ ਉਹਨਾਂ ਦੀ ਕਦੇ ਨਹੀਂ ਯਾਦ ਕਰਾਉਂਦਾ ਗੁੱਡੀ ਜਿਨ੍ਹਾਂ ਦੀ ਉਮਰੀ ਚੜ੍ਹੀ ਹੁੰਦੀ ਕਈ ਵਾਰ ਅਜਮਾ ਕੇ ਦੇਖਿਆ ਮੈਂ ਬੰਦਾ ਬੁੱਧੂ ਜਾਂ ਮਾਇਆ ਹੈ ਬੜੀ ਹੁੰਦੀ ਮੇਕਅਪ ਕਰਦੀਆਂ ਵੇਖਿਆ ਮੈਂ ਆਮ ਕੁੜੀਆਂ ਗੁੱਡੀ ਜਦੋਂ ਕਿਤੇ ਲਾਈਟਾਂ ਤੇ ਖੜੀ ਹੁੰਦੀ ਤੇ ਮੱਖਣ ਬਰਾਣਾ ਫਿਰ ਉਹਨਾਂ ਦੇ ਟੱਬਰ ਨੂੰ ਨੀਂਦ ਕਿੱਥੋਂ ਰੱਗ ਜਿਨ੍ਹਾਂ ਦੀ ਬਾਰਡਰ ਤੇ ਖੜੀ ਹੁੰਦੀ ਰੱਗ ਜਿਨ੍ਹਾਂ ਦੀ ਬਾਰਡਰ ਤੇ ਖੜੀ ਹੁੰਦੀ ਬਹੁਤ ਵਧੀਆ ਗੱਲ ਵੀਰ ਮੇਰੇ ਨੇ ਕੀਤੀ ਹੈ ਵੀ ਸਨਮਾਨ ਪੰਗੇ ਜਾਵੇ ਪਾਗਲ ਪੰਗੇ ਭੱਜ ਭੱਜ ਵਰਦੇ ਅੰਦਰ ਨੂੰ ਚਲੋ ਨੀ ਸਖੀ ਰੋਵਣ ਚੱਲੀਏ ਮੇਰੇ ਪੁੱਤ ਸਿਕੰਦਰ ਨੂੰ ਸਿਕੰਦਰ 19 ਸਾਲ ਦੀ ਉਮਰ ਦੇ ਵਿੱਚ ਬਲ ਦਾ ਰਾਜਾ ਬਣਿਆ ਲੜਾਈਆਂ ਲੜੀਆਂ ਨਾ ਦੇਸ਼ਾਂ ਦੇ ਦੁਨੀਆਂ ਦਾ ਸਭ ਤੋਂ ਅਮੀਰ ਆਦਮੀ ਮੰਨਿਆ ਗਿਆ ਸੀ ਸਿਕੰਦਰ ਤੇ ਸਿਕੰਦਰ ਦੇ ਦਿਲ ਦੀਆਂ 3 ਖੁਆਇਸ਼ਾਂ ਸੀ ਕਿ ਜਦੋਂ ਮੈਂ ਮਰਾਂ ਮੇਰੀ ਆਰਥੀ ਨੂੰ ਸਿਰਫ 4 ਬੰਦੇ ਮੋਢਾ ਦੇਣ ਇੱਕ ਸਾਧੂ ਇੱਕ ਸੰਤ ਇੱਕ ਫਕੀਰ ਤੇ ਇੱਕ ਡਾਕਟਰ ਕਿ ਲੋਕਾਂ ਨੂੰ ਇਹ ਪਤਾ ਲੱਗ ਸਕੇ ਨਾ ਤਾਂ ਮੌਤ ਨੂੰ ਸਾਧੂ ਰੋਕ ਸਕਦੇ ਆ ਨਾ ਸੰਤ ਰੋਕ ਸਕਦੇ ਆ ਨਾ ਡਾਕਟਰ ਮੌਤ ਨੂੰ ਰੋਕ ਸਕਦੇ ਆ ਤੇ ਨਾ ਹੀ ਫਕੀਰ ਮੌਤ ਨੂੰ ਰੋਕ ਸਕਦੇ ਆ ਸਿਕੰਦਰ ਦੇ ਦਿਲ ਦੀ ਦੂਜੀ ਖਵਾਇਸ਼ ਇਹ ਸੀ ਕਿ ਜਦੋਂ ਮੈਂ ਮਰਾਂ ਜਦੋਂ ਮੇਰੀ ਆਰਥੀ ਘਰੋਂ ਬਾਹਰ ਨਿਕਲੇ ਰਾਹ ਦੇ ਵਿੱਚ ਸੋਨਾ ਵਿਛਾ ਦਿਓ ਪੈਸੇ ਵਿਛਾ ਦਿਓ ਦੁਨੀਆਂ ਦੀ ਹਰ ਇੱਕ ਦੌਲਤ ਵਿਛਾ ਦਿਓ ਕਿ ਲੋਕਾਂ ਨੂੰ ਇਹ ਪਤਾ ਲੱਗ ਸਕੇ ਨਾ ਤਾਂ ਮੌਤ ਨੂੰ ਪੈਸਾ ਰੋਕ ਸਕਦੀ ਆ ਨਾ ਮੌਤ ਨੂੰ ਸੋਨਾ ਰੋਕ ਸਕਦੀ ਆ ਨਾ ਦੁਨੀਆਂ ਦੀ ਹਰ ਇੱਕ ਦੌਲਤ ਮੌਤ ਨੂੰ ਨਹੀਂ ਰੋਕ ਸਕਦੀ ਕਿ ਲੋਕਾਂ ਨੂੰ ਇਹ ਪਤਾ ਲੱਗ ਸਕੇ ਸਿਕੰਦਰ ਦੇ ਦਿਲ ਦੀ ਤੀਜੀ ਖੁਆਇਸ਼ ਇਹ ਸੀ ਕਿ ਜਦੋਂ ਮੈਂ ਮਰਾਂ ਜਦੋਂ ਮੇਰੀ ਆਰਥੀ ਘਰੋਂ ਬਾਹਰ ਨਿਕਲੇ ਮੇਰੀ ਆਰਥੀ ਦੇ ਉੱਤੇ ਇੱਕ ਚਿੱਟਾ ਕੱਪੜਾ ਵਿਛਾ ਦਿਓ ਚਿੱਟਾ ਕੱਪੜਾ ਵਿਛਾ ਕੇ ਦੋਨੇ ਹੱਥ ਬਾਹਰ ਨੂੰ ਲਮਕਾ ਦਿਓ ਕਿ ਲੋਕਾਂ ਨੂੰ ਇਹ ਪਤਾ ਲੱਗ ਸਕੇ ਸਿਕੰਦਰ ਆਇਆ ਵੀ ਖਾਲੀ ਹੱਥ ਆ ਅੱਜ ਚੱਲਿਆ ਵੀ ਖਾਲੀ ਹੱਥ ਆ ਜੇ ਗੱਲ ਵਧੀਆ ਲੱਗੀ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਕੇ ਦੱਸ ਦਿਓ ਲਓ ਤਾੜੀਆਂ ਵੱਜਿਆ ਕਿ ਤਾੜੀਆਂ ਜਦੋਂ ਵੱਜਦੀਆਂ